ਹੱਥਾਂ 'ਚ ਬਿਕਰਮ ਮਜੀਠੀਆ ਦਾ ਪੁਤਲਾ ਫੜ ਨਾਰੇਬਾਜ਼ੀ ਕਰ ਰਹੇ ਲੋਕ ਅੰਮ੍ਰਿਤਸਰ ਹਿੰਦੂ ਸੰਘਰਸ਼ ਸੈਨਾ ਦੇ ਮੈਂਬਰ ਨੇ ਜਿਨ੍ਹਾਂ ਅੱਜ ਤੋਂ 100 ਸਾਲ ਪਹਿਲਾਂ ਅੰਮ੍ਰਿਤਸਰ ਦੇ ਜਲਿਆਂਵਾਲੇ ਬਾਗ 'ਚ ਸ਼ਹੀਦ ਕੀਤੇ ਗਏ ਲੋਕਾਂ ਲਈ ਮਜੀਠੀਆ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ। ਇਹ ਲੋਕਾਂ ਨੇ ਮਜੀਠੀਆ ਪਰਿਵਾਰ 'ਤੇ ਇਲਜ਼ਾਮ ਲਗਾਇਆ ਕਿ ਜਲਿਆਂਵਾਲੇ ਬਾਗ 'ਚ ਇਕੱਠੇ ਹੋਏ ਸੈਂਕੜੇ ਲੋਕਾਂ ਦੀ ਜਾਣਕਾਰੀ ਮਜੀਠੀਆ ਪਰਿਵਾਰ ਦੇ ਮੈਂਬਰਾਂ ਨੇ ਅੰਗਰੇਜ਼ਾਂ ਨੂੰ ਦਿੱਤੀ, ਜਿਸ ਤੋਂ ਬਾਅਦ ਅੰਗਰੇਜ਼ਾਂ ਨੇ ਨਿਹੱਥੇ ਲੋਕਾਂ 'ਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਅਤੇ ਸੈਂਕੜਿਆਂ ਦੀ ਤਾਦਾਦ 'ਚ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਗਿਆ। 13 ਅਪ੍ਰੈਲ 1919 ਦੇ ਵਿੱਚ ਜਲਿਆਂਵਾਲੇ ਬਾਗ ਜਨਰਲ ਡਾਇਰ ਨੇ ਜਿਹੜਾ ਉੱਥੇ ਗੋਲੀ ਚਲਾ ਕੇ ਕਿੰਨੇ ਨਿਰਦੋਸ਼ ਜਨਤਾ ਨੂੰ ਮੌਤ ਦੇ ਘਾਟ ਉਤਾਰਿਆ। ਉਹ ਇੱਕ ਉਸ ਟਾਈਮ ਦੇ ਵੇਲੇ ਜਦੋਂ ਉਸ ਟਾਈਮ ਜਦੋਂ 1919 ਦੇ ਵਿੱਚ ਇਹ ਸੁੰਦਰ ਸਿੰਘ ਮਜੀਠੀਆ ਇਹਨਾਂ ਦਾ ਪਰਿਵਾਰ ਜਿਹੜਾ ਹੈਗਾ ਸੀ ਨਾ, ਇਹ ਹੁਣ ਅੰਗਰੇਜ਼ਾਂ ਦੇ ਮੁੱਖ ਭਰੇ ਗਈ, ਇਹ ਉਹਨਾਂ ਦੇ ਪਿੱਠੂ ਹੈਗੇ ਸੀ। ਉਹਨਾਂ ਨੇ ਦੱਸਿਆ ਜਦੋਂ ਕਿ ਉੱਥੇ ਲੋਕ ਇਕੱਠੇ ਹੋਏ ਆ, ਇਹਨਾਂ ਜਨਰਲ ਡਾਇਰ ਨੂੰ ਇਤਲਾਹ ਕੀਤੀ ਕਿ ਉੱਥੇ ਨਾ ਇੰਨੀ ਦੁਨੀਆ ਇਕੱਠੀ ਹੋਈ ਹੈ, ਇਹ ਅੰਗਰੇਜ਼ਾਂ ਦੇ ਖਿਲਾਫ ਆ। ਉਹਨਾਂ ਨੇ ਆਣ ਕੇ ਜਨਰਲ ਡਾਇਰ ਨੇ ਆਪਣੀ ਫੌਜ ਲਿਆਂਦੀ ਅਤੇ ਸਾਰੀ ਦੁਨੀਆ ਨੂੰ ਗੋਲੀਆਂ ਚਲਾ ਕੇ ਇੰਨੀ ਗੋਲੀ ਚਲਾਈ ਕਿ ਕਿੰਨੀ ਦੁਨੀਆ ਖਤਮ ਹੋ ਗਈ ਕਿ ਕਈ ਬੰਦੇ ਆਪਣੇ ਭਾਈ ਦੌੜ ਦੇ ਵਿੱਚ ਉਹ ਖੂਹ ਦੇ ਵਿੱਚ ਵਿਚਾਰੇ ਛਾਲ ਮਾਰ ਦਿੱਤਾ। ਅਸੀਂ ਚਾਹੁੰਦੇ ਹਾਂ ਕਿ ਇਹ ਉਹ ਮਜੀਠੀਆ ਪਰਿਵਾਰ ਆ ਜਿਹਨੇ ਉਸੇ ਦਿਨ ਹੀ ਜਨਰਲ ਡਾਇਰ ਨੂੰ ਆਪਣੇ ਘਰ ਰੋਟੀ ਕੀਤੀ, ਉਹਨੂੰ ਸਨਮਾਨਿਤ ਕੀਤਾ ਕਿ ਉਹਨੇ ਬਹੁਤ ਵਧੀਆ ਕੰਮ ਕੀਤਾ। ਇਹ ਦੇਸ਼ ਦੇ ਗਰਦਾਰ ਆ, ਇਹ ਪਰਿਵਾਰ ਆ, ਕਿਉਂਕਿ ਇਹਨਾਂ ਦੇ ਨਾਲ ਜਿਹੜਾ ਦੂਜਾ ਪਰਿਵਾਰ ਜੁੜਿਆ ਬਾਦਲ ਪਰਿਵਾਰ, ਉਹ ਵੀ ਉਹ ਗਰਦਾਰ ਆ। ਉਹਨਾਂ ਵਿੱਚ ਜੱਤੋ ਪਿੰਡ ਦੇ ਵਿੱਚ ਜਦੋਂ ਸਿੱਖਾਂ ਨੇ ਅੰਗਰੇਜ਼ਾਂ ਦੇ ਖਿਲਾਫ਼ ਮੋਰਚਾ ਲਾਇਆ ਸੀ, ਉਸੇ ਵੇਲੇ ਇਹਨਾਂ ਦੇ ਪਰਿਵਾਰ ਨੇ ਉਹ 'ਚ ਜ਼ਹਿਰ ਮਿਲਾ ਦਿੱਤਾ ਸੀ, ਜਿਹਦੇ ਨਾਲ ਕਿੰਨਾ ਸਿੱਖ ਮਾਰਿਆ ਗਿਆ ਸੀ। ਇਹ ਕੋਈ ਹਿੰਦੂ ਸਿੱਖ ਦੀ ਲੜਾਈ ਨਹੀਂ, ਇਹ ਸਿਰਫ ਇਹ ਗਰਦਾਰਾਂ ਦੇ ਖਿਲਾਫ਼ ਆ। ਦੱਸ ਦਈਏ ਕਿ ਅੱਜ ਵਿਸਾਖੀ ਦਾ ਮੌਕਾ ਅਤੇ ਅੱਜ ਤੋਂ 100 ਸਾਲ ਪਹਿਲਾਂ ਵਿਸਾਖੀ ਦੇ ਮੌਕੇ 'ਤੇ ਅੰਗਰੇਜ਼ਾਂ ਵੱਲੋਂ ਗੋਲੀਆਂ ਚਲਾ ਕੇ ਨਿਹੱਥੇ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਅਤੇ ਇਸ ਕਾਂਡ ਲਈ ਪਹਿਲਾਂ ਸਿਆਸਤਦਾਨਾਂ ਅਤੇ ਹੁਣ ਇਹਨਾਂ ਲੋਕਾਂ ਵੱਲੋਂ ਵੀ ਮਜੀਠੀਆ ਪਰਿਵਾਰ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ। ਅੰਮ੍ਰਿਤਸਰ ਤੋਂ ਸਿਕੰਦਰ ਪਸੀਚਾ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਜੇਕਰ ਤੁਹਾਡੇ ਆਸ ਪਾਸ ਹੋ ਰਹੀ ਹੈ ਚੋਣ ਜ਼ਾਬਤੇ ਦੀ ਉਲੰਘਣਾ ਜਾਂ ਫਿਰ ਵਾਪਰ ਰਹੀ ਹੈ ਕੋਈ ਵੱਡੀ ਘਟਨਾ ਤਾਂ ਚੱਕੋ ਮੋਬਾਈਲ ਅਤੇ ਦੈਨਿਕ ਸਵੇਰਾ ਦੇ ਇਸ ਮੋਬਾਈਲ ਨੰਬਰ 'ਤੇ ਦਿਓ ਪੂਰੀ ਜਾਣਕਾਰੀ। ਦੈਨਿਕ ਸਵੇਰਾ ਬਣੇਗਾ ਤੁਹਾਡੀ ਆਵਾਜ਼ ਅਤੇ ਨਸ਼ਰ ਕਰੇਗਾ ਤੁਹਾਡੀ ਹਰ ਸਮੱਸਿਆ। ਇਸ ਦੇ ਨਾਲ ਹੀ ਲੋਕ ਸਭਾ 2019 ਦੀ ਹਰ ਅਪਡੇਟ ਦੇਖਣ ਦੇ ਲਈ ਸਬਸਕ੍ਰਾਈਬ ਕਰੋ ਦੈਨਿਕ ਸਵੇਰਾ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਤੇ ਲਾਈਕ ਕਰੋ ਦੈਨਿਕ ਸਵੇਰਾ ਦਾ ਆਫੀਸ਼ੀਅਲ ਫੇਸਬੁੱਕ ਪੇਜ। ਪੇਜ ਨੂੰ ਲਾਈਕ ਕਰਨ ਦੇ ਲਈ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਲਈ ਡਿਸਕ੍ਰਿਪਸ਼ਨ 'ਚ ਦਿੱਤੇ ਲਿੰਕ 'ਤੇ ਕਰੋ ਕਲਿੱਕ ਅਤੇ ਤੁਰੰਤ ਪਾਓ ਇਹਨਾਂ ਚੋਣਾਂ ਦੀ ਹਰ ਜਾਣਕਾਰੀ।